ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਮਾਰੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ, ਇਹ ਤਾਂ ਤੁਸੀਂ ਸਭ ਖਬਰਾਂ ਰਾਹੀਂ ਅਤੇ ਬੇਸ਼ੁਮਾਰ ਮੈਸੇਜਿਸ ਰਾਹੀਂ ਜਾਣ ਹੀ ਚੁੱਕੇ ਹੋ। ਪਰ ਕਿਸੇ ਵੀ ਚੀਜ਼ ਦਾ ਜਦੋਂ ਅਸੀਂ ਲਗਾਤਾਰ ਚਿੰਤਨ ਕਰਦੇ ਹਾਂ ਤਾਂ ਉਹ ਚੀਜ਼ ਸਾਡੇ ਨਿਕਟ ਆਉਣ ਲੱਗ ਜਾਂਦੀ ਹੈ। ਜੇ ਅਸੀਂ ਪਰਮੇਸ਼ੁਰ ਦਾ ਚਿੰਤਨ ਕਰਾਂਗੇ ਤਾਂ ਸਾਡੇ ਨਿਕਟ ਪਰਮੇਸ਼ੁਰ ਆਵੇਗਾ, ਅਤੇ ਜੇ ਅਸੀਂ ਮਾਇਆ, ਦੁੱਖ, ਬਿਮਾਰੀ ਆਦਿ ਦਾ ਲਗਾਤਾਰ ਚਿੰਤਨ ਕਰਾਂਗੇ ਤਾਂ ਸਾਡੇ ਨਿਕਟ ਇਹ ਚੀਜ਼ਾਂ ਹੀ ਆਉਣਗੀਆਂ। ਜਾਣ ਬੁੱਝ ਕੇ ਤਾਂ ਕੋਈ ਵੀ ਬਿਮਾਰੀ ਦਾ ਚਿੰਤਨ ਨਹੀਂ ਕਰਦਾ, ਪਰ ਜਦੋਂ ਇੱਕੋ ਗੱਲ ਲਗਾਤਾਰ ਵਿਚਾਰੀ ਜਾਵੇ, ਚਿਤਾਰੀ ਜਾਵੇ ਅਤੇ ਜਾਣੀ ਜਾਵੇ ਤਾਂ ਇਹ ਉਸ ਚੀਜ਼ ਦਾ ਚਿੰਤਨ ਕਰਨਾ ਹੀ ਬਣ ਜਾਂਦਾ ਹੈ। ਜੇ ਵਟਸਐਪ ਦੇਖੋ ਤਾਂ ਹਰ ਮੈਸੇਜ ਬਸ ਇਸ ਬਿਮਾਰੀ ਬਾਰੇ ਹੀ ਹੁੰਦਾ ਹੈ। ਜੇ ਅਖਬਾਰ ਦੇਖੋ ਤਾਂ ਮੁੱਖ ਪੰਨੇ 'ਤੇ ਬਸ ਇਸ ਕੋਰੋਨਾ ਵਾਇਰਸ ਬਾਰੇ ਹੀ ਖਬਰਾਂ ਹੁੰਦੀਆਂ ਹਨ। ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬਾਨ ਅਤੇ ਧਾਰਮਿਕ ਅਸਥਾਨਾਂ ਤੋਂ ਵੀ ਇਸ ਬਿਮਾਰੀ ਬਾਰੇ ਸੂਚਨਾਵਾਂ ਲਗਾਤਾਰ ਪ੍ਰਸਾਰਿਤ ਹੋ ਰਹੀਆਂ ਹਨ। ਹੋਰ ਚਿੰਤਨ ਕਰਨਾ ਕੀ ਹੁੰਦਾ ਹੈ? ਆਪਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਇਸ ਚਿੰਤਨ ਦਾ ਅਸਰ ਕੀ ਹੋਵੇਗਾ। ਇਸ ਚਿੰਤਨ ਸਦਕਾ ਇੱਕ ਤਾਂ ਬਿਮਾਰੀ ਸਾਨੂੰ ਬਹੁਤ ਸ਼ਕਤੀਸ਼ਾਲੀ ਭਾਸੇਗੀ ਅਤੇ ਦੂਸਰਾ ਸਾਨੂੰ ਅਕਾਲ ਪੁਰਖ ਦੂਰ ਜਾਪੇਗਾ। ਜਦੋਂ ਗੁਰਸਿੱਖ ਲਗਾਤਾਰ ਗੁਰਬਾਣੀ ਦਾ ਪਾਠ ਕਰਦਾ ਹੈ ਤਾਂ ਪਰਮੇਸ਼ੁਰ ਹੀ ਪਰਮੇਸ਼ੁਰ ਸਭ ਪਾਸੇ ਜਾਪਣ ਲੱਗ ਜਾਂਦਾ ਹੈ, ਕਿਉਂਕਿ ਗੁਰਬਾਣੀ ਵਿੱਚ ਸਿਰਫ ਪਰਮੇਸ਼ੁਰ ਦੀ ਹੀ ਗੱਲ ਹੈ। ਅਤੇ ਦੂਜੇ ਪਾਸੇ ਹੁਣ ਹਰ ਪਾਸੇ ਇਸ ਬਿਮਾਰੀ ਦੀ ਹੀ ਚਰਚਾ ਹੋ ਰਹੀ ਹੈ, ਜਿਸ ਕਾਰਨ ਨਾਮ ਬਾਣੀ ਵਿੱਚ ਵੀ ਮਨ ਨਹੀਂ ਲੱਗ ਰਿਹਾ ਅਤੇ ਬਸ ਇਸ ਬਿਮਾਰੀ ਬਾਰੇ ਹੀ ਵਿਚਾਰ ਮਨ ਵਿੱਚ ਆਉਂਦੇ ਰਹਿੰਦੇ ਹਨ। ਸਾਡਾ ਵਿਚਾਰ ਹੈ ਕਿ ਸਾਰਾ ਦਿਨ ਬਸ ਇਸ ਬਿਮਾਰੀ ਬਾਰੇ ਹੀ ਪੜ੍ਹੀ ਜਾਣ ਨਾਲ, ਸੋਚੀ ਜਾਣ ਨਾਲ ਅਤੇ ਇਸ ਬਾਰੇ ਹੀ ਗੱਲਾਂ ਕਰਨ ਨਾਲ ਸਾਡਾ ਭਲਾ ਨਹੀਂ ਹੋ ਸਕਦਾ। ਇਸ ਤਰ੍ਹਾਂ ਕਰਨ ਨਾਲ ਸਗੋਂ ਇਹ ਬਿਮਾਰੀ ਵੱਧ ਫੈਲੇਗੀ, ਕਿਉਂਕਿ ਸਾਡੇ ਚਿੰਤਨ ਕਰਕੇ ਅਤੇ ਸਾਡੇ ਮਨਾਂ ਵਿੱਚ ਇਸ ਬਿਮਾਰੀ ਲਈ ਪੈਦਾ ਹੋਏ ਡਰ ਕਰਕੇ ਇਸ ਬਿਮਾਰੀ ਨੂੰ ਹੋਰ ਸ਼ਕਤੀ ਮਿਲ ਰਹੀ ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਇਸ ਬਿਮਾਰੀ ਬਾਰੇ ਜਾਣਕਾਰੀ ਨਹੀਂ ਲੈਣੀ ਚਾਹੀਦੀ, ਜਾਂ ਜੋ ਇਤਿਆਦ ਅਤੇ ਸੰਜਮ ਸਰਕਾਰਾਂ ਵੱਲੋਂ ਅਤੇ ਡਾਕਟਰਾਂ ਵੱਲੋਂ ਦੱਸੇ ਜਾ ਰਹੇ ਹਨ ਉਹਨਾਂ 'ਤੇ ਅਮਲ ਨਹੀਂ ਕਰਨਾ ਚਾਹੀਦਾ। ਜ਼ਰੂਰ ਕਰਨਾ ਚਾਹੀਦਾ ਹੈ, ਪਰ 24 ਘੰਟੇ ਹਫ਼ਤੇ ਦੇ 7 ਦਿਨ ਬਸ ਬਿਮਾਰੀ ਦੀ ਹੀ ਚਰਚਾ ਕਰੀ ਜਾਣਾ ਗੁਰਸਿੱਖਾਂ ਭਗਤਾਂ ਵਾਲੀ ਗੱਲ ਨਹੀਂ ਹੈ। ਇਸ ਤਰ੍ਹਾਂ ਕਰਨ ਨਾਲ ਸਭ ਤੋਂ ਪਹਿਲੀ ਜੋ ਭਾਵਨਾ ਮਨ ਵਿੱਚ ਪੈਦਾ ਹੁੰਦੀ ਹੈ ਉਹ ਹੈ ਅਤਿਅੰਤ ਡਰ ਜਾਂ ਭੈ। ਜਿਸ ਦੇ ਮਨ ਵਿੱਚ ਭੈ ਹੋਵੇ ਉਹ ਕਦੇ ਚੜ੍ਹਦੀ ਕਲਾ ਵਿੱਚ ਨਹੀਂ ਰਹਿ ਸਕਦਾ, ਅਤੇ ਜੋ ਚੜ੍ਹਦੀ ਕਲਾ ਵਿੱਚ ਨਹੀਂ ਹੁੰਦਾ ਉਹ ਕਮਜ਼ੋਰ ਹੁੰਦਾ ਹੈ। ਬਿਮਾਰੀ ਜਾਂ ਮੁਸੀਬਤ ਦਾ ਹਮੇਸ਼ਾ ਕਮਜ਼ੋਰ ਬੰਦੇ 'ਤੇ ਹੀ ਵਧੇਰਾ ਅਸਰ ਹੁੰਦਾ ਹੈ। ਭੈ ਕੇਵਲ ਅਕਾਰ ਪੁਰਖ ਦਾ ਹੀ ਰੱਖਣਾ ਚਾਹੀਦਾ ਹੈ, ਨਾ ਕਿ ਕਿਸੇ ਹੋਰ ਚੀਜ਼ ਦਾ, ਕਿਉਂਕਿ ਪਰਮੇਸ਼ੁਰ ਤੋਂ ਬਿਨਾਂ ਇਸ ਦੁਨੀਆਂ ਵਿੱਚ ਕਿਸੇ ਪਾਸ ਤਾਕਤ ਨਹੀਂ ਹੈ। ਜੋ ਵੀ ਤਾਕਤ ਬਿਮਾਰੀ ਵਿੱਚ ਹੈ ਉਸ ਦਾ ਮੂਲ ਸੋਮਾ ਸਾਡੇ ਮਨ ਵਿੱਚ ਬਿਮਾਰੀ ਦਾ ਭੈ ਹੈ। ਪਰਮੇਸ਼ੁਰ ਦੇ ਨਾਮ ਨਾਲ ਜੁੜ ਕੇ ਗੁਰਬਾਣੀ ਰਾਹੀਂ ਉਸ ਦੇ ਗੁਣਾਂ ਦਾ ਚਿੰਤਨ ਕਰਨ ਨਾਲ ਪਰਮੇਸ਼ੁਰ ਹਾਜ਼ਰ ਨਾਜ਼ਰ ਪਾਸਦਾ ਹੈ, ਜਿਸ ਕਾਰਨ ਸਗਲ ਭੈ ਦਾ ਨਾਸ ਹੋ ਜਾਂਦਾ ਹੈ ਅਤੇ ਮਨ ਚੜ੍ਹਦੀ ਕਲਾ ਵਿੱਚ ਚਲਾ ਜਾਂਦਾ ਹੈ। ਇੱਕ ਗੱਲ ਵਿਚਾਰੋ ਗੁਰਸਿੱਖ ਵੀਰੋ ਅਤੇ ਭੈਣੋ, ਕੀ ਪਰਮੇਸ਼ੁਰ ਤੋਂ ਬਿਨਾਂ ਇਸ ਦੁਨੀਆਂ ਵਿੱਚ ਹੋਰ ਕੋਈ ਤਾਕਤ ਹੈ? ਦੱਸੋ, ਕੀ ਪਰਮੇਸ਼ੁਰ ਤੋਂ ਬਿਨਾਂ ਦੁਨੀਆਂ ਵਿੱਚ ਹੋਰ ਕੋਈ ਕਰਤਾ ਪੁਰਖ ਹੈ? ਨਹੀਂ, ਹਰਗਿਜ਼ ਨਹੀਂ। ਫਿਰ ਡਰ ਕਾਹਦਾ? ਬਿਮਾਰੀ ਵੀ ਤਾਂ ਹੀ ਲੱਗ ਸਕਦੀ ਹੈ ਜੇ ਉਸਦੀ ਰਜ਼ਾ ਹੋਵੇ ਅਤੇ ਉਸਦਾ ਹੁਕਮ ਹੋਵੇ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਗੁਰਵਾਕ ਸੁਣੋ ਅਤੇ ਮਨ ਵਿੱਚ ਭਾਰੀ ਤਸੱਲੀ ਮਹਿਸੂਸ ਕਰੋ। ਭਾਈ ਮਤ ਕੋਈ ਜਾਣੋ, ਕਿਸੀ ਕਹਿ ਕਿਛ ਹਾਥ ਹੈ, ਸਭ ਕਰੇ ਕਰਾਇਆ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਐਸਾ ਹਰ ਨਾਮ ਮਨ ਚਿੱਤ ਨਿਤ ਧਿਆਵਹੁ, ਜਨ ਨਾਨਕ ਜੋ ਅੰਤੀ ਅਵਸਰ ਲੈ ਛਡਾਇਆ। ਗੁਰੂ ਸਾਹਿਬ ਹੁਕਮ ਕਰ ਰਹੇ ਹਨ ਕਿ ਭਾਈ ਸਿੱਖਾ, ਮਤ ਜਾਣੋ ਕਿ ਕਿਸੇ ਦੇ ਹੱਥ ਵਿੱਚ ਕੁਝ ਹੈ, ਸਭ ਉਹ ਕਰਤਾਰ ਹੀ ਕਰ ਅਤੇ ਕਰਵਾ ਰਿਹਾ ਹੈ। ਜਰਾ ਮਰਾ ਭਾਵ ਬੁਢੇਪਾ ਅਤੇ ਮੌਤ, ਤਾਪ ਭਾਵ ਬਿਮਾਰੀ, ਸਿਰਤ ਭਾਵ ਸਿਰ ਪੀੜ ਅਤੇ ਸੱਪ ਆਦਿ ਮੁਸੀਬਤਾਂ ਸਭ ਹਰੀ ਪਰਮੇਸ਼ੁਰ ਦੇ ਵੱਸ ਵਿੱਚ ਹਨ, ਅਤੇ ਇਹਨਾਂ ਵਿੱਚੋਂ ਕੋਈ ਵੀ ਜੀਵ ਨੂੰ ਲੱਗ ਨਹੀਂ ਸਕਦੀਆਂ ਜਦ ਤੱਕ ਹਰੀ ਦੀ ਆਪਣੀ ਮਰਜ਼ੀ ਨਾ ਹੋਵੇ। ਇਸੇ ਕਰਕੇ ਪਿਆਰੇ ਗੁਰਸਿੱਖੋ, ਪਰਮੇਸ਼ੁਰ ਹਰੀ ਦਾ ਨਾਮ ਜੋ ਅੰਤ ਸਹਾਈ ਹੁੰਦਾ ਹੈ ਅਤੇ ਮੁਸੀਬਤਾਂ ਤੋਂ ਛੁਡਾ ਲੈਂਦਾ ਹੈ, ਮਨ ਚਿੱਤ ਕਰਕੇ ਨਿਤ ਧਿਆਵੋ।
ਇਹ ਸ਼ਬਦ ਸੁਣ ਕੇ ਗੁਰਸਿੱਖ ਨੂੰ ਐਨ ਨਿਸ਼ਚਿੰਤ ਹੋ ਜਾਣਾ ਚਾਹੀਦਾ ਹੈ, ਕਿਉਂਕਿ ਇਸ ਸ਼ਬਦ ਤੋਂ ਸਿੱਖਿਆ ਮਿਲਦੀ ਹੈ ਕਿ ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਕੋਈ ਬਿਮਾਰੀ ਜਾਂ ਮੁਸੀਬਤ ਸਾਡੇ 'ਤੇ ਨਹੀਂ ਆ ਸਕਦੀ। ਸੋ ਡਰ ਅਤੇ ਫਿਕਰ ਕਾਹਦਾ? ਇੱਥੇ ਇਹ ਵੀ ਜਾਣ ਲੈਣਾ ਲਾਜ਼ਮੀ ਹੈ ਕਿ ਦੁੱਖ ਤਕਲੀਫਾਂ ਸਾਡੇ 'ਤੇ ਭਾਵੇਂ ਪਰਮੇਸ਼ਰ ਦੇ ਹੁਕਮ ਨਾਲ ਆਉਂਦੀਆਂ ਹਨ, ਪਰ ਸਾਡੇ ਆਪਣੇ ਕਰਮਾਂ ਕਾਰਨ ਹੀ ਆਉਂਦੀਆਂ ਹਨ। ਜੇ ਅਸੀਂ ਪਰਮੇਸ਼ਰ ਦੀ ਰਜ਼ਾ ਵਿੱਚ ਨਾਮਬਾਣੀ ਵਿੱਚ ਲੱਗੇ ਰਹੀਏ ਤਾਂ ਦੁੱਖ ਅਵਲ ਤਾਂ ਆਉਂਦੇ ਹੀ ਨਹੀਂ, ਅਤੇ ਜੇ ਪ੍ਰਾਲਬਧ ਕਰਕੇ ਆ ਵੀ ਜਾਣ ਤਾਂ ਬਹੁਤ ਘੱਟ ਹੋ ਕੇ ਆਉਂਦੇ ਹਨ ਅਤੇ ਵਾਹਿਗੁਰੂ ਸਾਹਿਬ ਦੀ ਕਿਰਪਾ ਨਾਲ ਝੱਲ ਹੋ ਜਾਂਦੇ ਹਨ। ਅਗਲਾ ਸਵਾਲ ਇਹ ਹੈ ਕਿ ਇਸ ਭਿਆਨਕ ਸਮੇਂ ਜਦਕਿ ਸਰਕਾਰਾਂ ਨੇ ਕਰਫਿਊ ਲਾ ਦਿੱਤੇ ਹਨ ਅਤੇ ਆਵਾਜਾਈ ਅਤੇ ਕੰਮਾਂ ਕਾਰਾਂ 'ਤੇ ਰੋਕ ਲਾ ਦਿੱਤੀ ਹੈ ਤਾਂ ਗੁਰੂ ਕੇ ਸਿੱਖ ਨੂੰ ਕੀ ਕਰਨਾ ਚਾਹੀਦਾ ਹੈ? ਇਸ ਵੇਲੇ ਜੋ ਕੰਮ ਸਭ ਤੋਂ ਪਹਿਲਾਂ ਕਰਨ ਦੀ ਲੋੜ ਹੈ ਉਹ ਹੈ ਵਾਹਿਗੁਰੂ ਸਾਹਿਬ 'ਤੇ ਭਰੋਸਾ ਕਰਨਾ। ਭਰੋਸਾ ਗੁਰਬਾਣੀ ਅਤੇ ਨਾਮ ਰਾਹੀਂ ਹੀ ਆਉਂਦਾ ਹੈ, ਹੋਰ ਕਿਸੇ ਵਿਧ ਨਹੀਂ। ਸੋ ਨਾਮਬਾਣੀ ਨਾਲ ਜੁੜ ਕੇ ਵਾਹਿਗੁਰੂ ਸਾਹਿਬ 'ਤੇ ਆਪਣਾ ਭਰੋਸਾ ਵਧਾਈਏ ਅਤੇ ਉਸ ਦੀ ਸ਼ਰਨ ਹਾਸਲ ਕਰੀਏ। ਜੇ ਅਸੀਂ ਉਸ ਦੀ ਸ਼ਰਨ ਵਿੱਚ ਰਹਾਂਗੇ ਤਾਂ ਕੋਈ ਦੁੱਖ ਨਹੀਂ ਵਿਆਪੇਗਾ, ਅਤੇ ਜੋ ਦੁੱਖ ਵਿਆਪੇਗਾ ਉਹ ਮਹਿਸੂਸ ਨਹੀਂ ਹੋਵੇਗਾ, ਸਦਾ ਚੜ੍ਹਦੀ ਕਲਾ ਬਣੀ ਰਹੇਗੀ। ਭਾਵੇਂ ਇਹ ਸਮਾਂ ਬੜਾ ਖਤਰਨਾਕ ਅਤੇ ਨਾਜ਼ੁਕ ਹੈ, ਪਰ ਫਿਰ ਵੀ ਇਸ ਸਮੇਂ ਬਹੁਤ ਕੁਝ ਚੰਗਾ ਵੀ ਹੋ ਰਿਹਾ ਹੈ। ਇਹ ਸਮਾਂ ਹੈ ਜਦੋਂ ਅਸੀਂ ਕੰਮਾਂ ਕਾਰਾਂ ਅਤੇ ਧੰਦਿਆਂ ਨਾਲ ਭਰੀ ਹੋਈ ਜ਼ਿੰਦਗੀ ਤੋਂ ਜ਼ਰਾ ਰਾਹਤ ਪ੍ਰਾਪਤ ਕਰ ਸਕਦੇ ਹਾਂ ਅਤੇ ਰਿਲੈਕਸ ਹੋ ਸਕਦੇ ਹਾਂ। ਆਪ ਜੀ ਨੂੰ ਇਸ ਨਾਜ਼ੁਕ ਸਮੇਂ ਇਹ ਸੁਝਾਅ ਦਿੱਤੇ ਜਾਂਦੇ ਹਨ, ਜੋ ਤੁਸੀਂ ਮੁਨਾਸਬ ਸਮਝੋ ਤਾਂ ਅਪਣਾ ਲਵੋ। ਜਦੋਂ ਵੀ ਬਿਮਾਰੀ ਬਾਰੇ ਪੜ੍ਹੋ ਤਾਂ ਉਸ ਦੀ ਤਾਕਤ ਤੋਂ ਡਰੋ ਨਾ, ਬਲਕਿ ਇਹ ਸਮਝੋ ਕਿ ਇਸ ਬਿਮਾਰੀ ਤੋਂ ਵੱਡੀ ਅਤੇ ਕਿਤੇ ਵੱਧ ਤਾਕਤਵਰ ਸ਼ਕਤੀ ਸਾਡੇ ਗੁਰੂ ਪਰਮੇਸ਼ਰ ਦੀ ਹੈ, ਸਭ ਉਸ ਦੇ ਵੱਸ ਵਿੱਚ ਹੈ। ਜੇ ਅਸੀਂ ਉਸ ਦੀ ਸ਼ਰਨ ਵਿੱਚ ਹਾਂ ਤਾਂ ਸਾਡਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ, ਜੈਸਾ ਕਿ ਇਹ ਗੁਰਵਾਕ ਸਾਨੂੰ ਸਮਝਾਉਂਦਾ ਹੈ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਮੱਜਨ ਗੁਰ ਆਂਦਾ ਰਾਸੇ, ਜਪ ਹਰ ਹਰ ਕਿਲ ਵਿਖ ਨਾਸੇ। ਕਰਤਾ ਪੁਰਖ ਸਾਡੀ ਜ਼ਿੰਦਗੀ ਵਿੱਚ ਤਾਂ ਹੀ ਖਲੋਵੇਗਾ ਜੇ ਅਸੀਂ ਗੁਰਬਾਣੀ ਰਾਹੀਂ ਅਤੇ ਨਾਮ ਜਪ ਕੇ ਉਸਨੂੰ ਆਪਣੇ ਨਿਕਟ ਮਹਿਸੂਸ ਕਰਾਂਗੇ। ਗੁਰਬਾਣੀ ਇਸ ਜੱਗ ਵਿੱਚ ਚਾਨਣ ਹੈ ਅਤੇ ਪਰਮੇਸ਼ਰ ਦਾ ਹੀ ਰੂਪ ਹੈ। ਸੱਚੇ ਮਨੋਂ ਗੁਰਬਾਣੀ ਦਾ ਪਾਠ ਕਰੋ ਅਤੇ ਨਾਲ ਹੀ ਪਰਮੇਸ਼ਰ ਦੇ ਗੁਣਾਂ ਦਾ ਚਿੰਤਨ ਕਰੋ, ਜ਼ਿੰਦਗੀ ਆਨੰਦ ਨਾਲ ਭਰ ਜਾਵੇਗੀ। ਅਗਲਾ ਸਵਾਲ ਹੈ ਕਿ ਕਿਸ ਬਾਣੀ ਦਾ ਪਾਠ ਇਸ ਸਮੇਂ ਕਰਨਾ ਚਾਹੀਦਾ ਹੈ? ਗੁਰਬਾਣੀ ਦਾ ਤਾਂ ਹਰ ਪਾਠ ਹੀ ਸੁਖਦਾਈ ਹੈ, ਪਰ ਜੇ ਸ੍ਰੀ ਸੁਖਮਨੀ ਸਾਹਿਬ, ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਜਾਵੇ ਅਤੇ ਸ੍ਰੀ ਦੁੱਖ ਭੰਜਨੀ ਵਾਲੇ ਸ਼ਬਦਾਂ ਦਾ ਜਾਪ ਹੋ ਜਾਵੇ ਤਾਂ ਬਹੁਤ ਉੱਤਮ ਗੱਲ ਹੈ। ਪਾਠ ਤੋਂ ਉਪਰੰਤ ਆਪਣੀ, ਆਪਣੇ ਪਰਿਵਾਰ ਦੀ, ਆਪਣੇ ਸੰਗੀ ਸਾਥੀਆਂ ਦੀ ਅਤੇ ਖਾਲਸਾ ਪੰਥ ਦੀ ਰੱਖਿਆ ਲਈ ਅਰਦਾਸ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਸਰਬੱਤ ਦਾ ਭਲਾ ਵੀ ਮੰਗਣਾ ਚਾਹੀਦਾ ਹੈ। ਆਪੋ ਆਪਣੇ ਘਰਾਂ ਵਿੱਚ ਰਹਿ ਕੇ ਆਪਣੇ ਪਰਿਵਾਰ ਨਾਲ ਮਿਲ ਬੈਠ ਕੇ ਪਿਆਰ ਵਧਾਓ। ਇਹ ਭਾਵੇਂ ਮਾੜਾ ਸਮਾਂ ਹੈ ਪਰ ਇੱਕ ਪਾਸਿਓਂ ਚੰਗਾ ਵੀ ਹੈ, ਕਿਉਂਕਿ ਸਾਨੂੰ ਆਪਣੀ ਬਿਜ਼ੀ ਜ਼ਿੰਦਗੀ ਤੋਂ ਰਾਹਤ ਮਿਲ ਰਹੀ ਹੈ। ਪਰਿਵਾਰ ਨਾਲ ਬੈਠ ਕੇ ਪੁਰਾਣੀਆਂ ਸੁਹਾਵਣੀਆਂ ਯਾਦਾਂ ਯਾਦ ਕਰੋ ਅਤੇ ਆਪਸ ਵਿੱਚ ਇੱਕ ਦੂਜੇ ਨਾਲ ਇਸ ਵਿੱਚ ਪਿਆਰ ਵਧਾਓ। ਘਰ ਵਿੱਚ ਹੱਸੋ, ਖੇਡੋ ਅਤੇ ਇੱਕ ਦੂਜੇ ਦੇ ਨੇੜੇ ਆਵੋ। ਇਹ ਸਮਾਂ ਹੈ ਜਦੋਂ ਤੁਸੀਂ ਕੰਮਾਂ ਕਾਰਾਂ ਤੋਂ ਅਤੇ ਤੁਹਾਡੇ ਬੱਚੇ ਸਕੂਲ ਦੀ ਪੜ੍ਹਾਈ ਤੋਂ ਵਿਹਲੇ ਹਨ। ਇਹ ਸਮਾਂ ਇੰਟਰਨੈੱਟ 'ਤੇ ਜਾਂ ਫੋਨਾਂ 'ਤੇ ਹੀ ਨਾ ਬਰਬਾਦ ਕਰੋ, ਆਪਸ ਵਿੱਚ ਮਿਲ ਬੈਠੋ ਅਤੇ ਗੱਲਾਂ ਬਾਤਾਂ ਕਰੋ। ਅੱਗੇ ਜਾ ਕੇ ਤੁਸੀਂ ਇਹ ਸਮਾਂ ਯਾਦ ਕਰਿਆ ਕਰੋਗੇ। ਚੰਗੇ ਗੁਰਸਿੱਖ ਲਿਖਾਰੀਆਂ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੋ। ਇਹ ਸਮਾਂ ਬੜਾ ਕੀਮਤੀ ਹੈ, ਸੋ ਇਸ ਦੀ ਭਰਪੂਰ ਵਰਤੋਂ ਕਰੋ। ਗੁਰੂ ਸਾਹਿਬਾਨ ਦੇ ਇਤਿਹਾਸ ਬਾਰੇ, ਭਾਈ ਵੀਰ ਸਿੰਘ ਦੇ ਗੁਰੂ ਨਾਨਕ ਚਮਤਕਾਰ ਜਾਂ ਕਲਗੀਧਰ ਚਮਤਕਾਰ ਪੜ੍ਹੋ, ਜਾਂ ਸਿੱਖੀ ਸਿਦਕ ਦੀ ਦਾਸਤਾਨ ਦੀ ਸਭ ਤੋਂ ਸ੍ਰੇਸ਼ਟ ਕਿਤਾਬ ਭਾਈ ਸਾਹਿਬ ਰਣਧੀਰ ਸਿੰਘ ਦੀ ਜੇਲ੍ਹ ਚਿੱਠੀਆਂ ਪੜ੍ਹੋ। ਨਾਲ ਹੀ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਦੇ ਅਰਥ ਵਿਚਾਰ ਜਿੰਨੇ ਹੋ ਸਕਣ ਕਰੋ। ਜ਼ਰੂਰ ਇਹ ਸਮਾਂ ਇਹਨਾਂ ਕਿਤਾਬਾਂ ਨੂੰ ਪੜ੍ਹਨ 'ਤੇ ਲਾਵੋ। ਇਹਨਾਂ ਕਿਤਾਬਾਂ ਦੇ ਲਿੰਕ ਅਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦੇ ਰਹੇ ਹਾਂ, ਜੋ ਤੁਸੀਂ ਉੱਥੋਂ ਹਾਸਲ ਕਰ ਸਕਦੇ ਹੋ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਹ ਵੀਡੀਓ ਦੇਖ ਕੇ ਚੜ੍ਹਦੀ ਕਲਾ ਵਿੱਚ ਆ ਜਾਵੋਗੇ। ਬਿਮਾਰੀ ਤੋਂ ਬਚਣ ਲਈ ਜੋ ਸੰਜਮ ਸਰਕਾਰਾਂ ਅਤੇ ਡਾਕਟਰ ਲੋਕ ਦੱਸ ਰਹੇ ਹਨ ਉਹਨਾਂ 'ਤੇ ਅਮਲ ਕਰੋ, ਪਰ ਆਪਣੇ ਮਨ ਵਿੱਚ ਡਰ, ਫਿਕਰ, ਸਟ੍ਰੈਸ, ਪਰੇਸ਼ਾਨੀ ਆਦਿ ਨੂੰ ਪ੍ਰਵੇਸ਼ ਨਾ ਕਰਨ ਦਿਓ। ਆਪਣੇ ਮਨ ਵਿੱਚ ਅਕਾਲ ਪੁਰਖ ਦਾ ਨਿਵਾਸ ਕਰਾਓ, ਨਾ ਕਿ ਬਿਮਾਰੀ ਦਾ ਅਤੇ ਉਸਦੇ ਡਰ ਦਾ।
ਅਸੀਂ ਤਾਂ ਇਹ ਸਲਾਹ ਦਿੰਦੇ ਹਾਂ ਕਿ ਜਿੰਨੇ ਮੈਸੇਜ ਜਾਂ ਖਬਰਾਂ ਤੁਸੀਂ ਇਸ ਬਿਮਾਰੀ ਬਾਰੇ ਪੜ੍ਹਦੇ ਸੁਣਦੇ ਹੋ ਉਸ ਤੋਂ ਵੱਧ ਜਾਂ ਘੱਟੋ ਘੱਟ ਉਸ ਦੇ ਬਰਾਬਰ ਗੁਰਬਾਣੀ ਦੇ ਸ਼ਬਦ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਆਦਿ ਸ਼ਬਦਾਂ ਦਾ ਜਾਂ ਮੂਲ ਮੰਤਰ ਦਾ ਜਾਪ ਕਰੋ ਤਾਂ ਕਿ ਬਿਮਾਰੀ ਦੇ ਡਰ ਨਾਲ ਮਨ ਵਿੱਚ ਪੈਦਾ ਹੋਣ ਵਾਲੇ ਸਹਿਮ ਅਤੇ ਢਹਿੰਦੀ ਕਲਾ ਤੋਂ ਬਚਾਓ ਰਹੇ। ਗੁਰੂ ਸਾਹਿਬ ਕਿਰਪਾ ਕਰਨ ਆਪਣੇ ਗੁਰਸਿੱਖਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਅਤੇ ਗੁਰੂ ਕਰਤਾਰ ਦੀ ਰਜ਼ਾ ਵਿੱਚ ਸਰਬੱਤ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।